ਪੰਜਾਬ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਮੰਨੀ ਜਾਂਦੀ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਨੂੰ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਹ ਧਮਕੀ ਭਰੀ ਚਿੱਠੀ 24 ਸਤੰਬਰ ਨੂੰ ਪ੍ਰੈਸ ਕਲੱਬ ਬਠਿੰਡਾ ਦੇ ਗੇਟ 'ਤੇ ਗੁੰਮਨਾਮ ਕੈਦੀ ਦੇ ਨਾਂ ਤੋਂ ਪਾਈ ਗਈ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਨਾਭਾ ਦੀ ਜੇਲ੍ਹ ਅੰਦਰ ਸੁਰੰਗ ਪੁੱਟਣ ਅਤੇ ਕੁੱਕਰ ਬੰਬ ਬਣਾਏ ਜਾਣ ਤੋਂ ਇਲਾਵਾ ਅੱਤਵਾਦੀ ਸੁਰੰਗ ਰਾਹੀਂ ਨਾਭਾ ਜੇਲ੍ਹ ਵਿੱਚ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਹਨ। ਬਠਿੰਡਾ ਦੇ SSP ਵੱਲੋਂ ਬਾਰੀਕੀ ਨਾਲ ਛਾਣਬੀਣ ਕੀਤੀ ਗਈ ਤਾਂ ਪ੍ਰੈਸ ਕਲੱਬ ਵਿੱਚ ਚਿੱਠੀ ਪਾਉਣ ਵਾਲੇ ਵਿਅਕਤੀ ਦੀ CCTV ਫੁਟੇਜ ਸਾਹਮਣੇ ਆਉਣ ਨਾਲ ਨਾਭਾ ਜੇਲ੍ਹ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਚਿੱਠੀ ਸੁੱਟਣ ਵਾਲਾ ਕੋਈ ਕੈਦੀ ਨਹੀਂ ਬਲਕਿ ਨਾਭਾ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਹੀ ਨਿਕਲਿਆ। ਇਸ ਸੰਬੰਧੀ ਨਾਭਾ ਜੇਲ੍ਹ ਦੇ ਸੁਪਰਡੈਂਟ ਰਮਨਜੀਤ ਸਿੰਘ ਪੰਗੂ ਨੇ ਕਿਹਾ ਕਿ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਦੇ ਖਿਲਾਫ਼ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਵਿਭਾਗ ਹੀ ਅਗਲੀ ਕਾਰਵਾਈ ਕਰੇਗਾ। ਨੂੰ ਥੋੜ੍ਹਾ ਜਿਹਾ ਮੀਡੀਆ ਦੇ ਥਰੂ ਹੀ ਪਤਾ ਲੱਗਿਆ ਸੀਗਾ ਜੀ, ਉਸ ਤਰ੍ਹਾਂ ਦੀ ਕੋਈ ਤੱਥਾਂ ਦੀ ਵਿੱਚ ਸੱਚਾਈ ਨਹੀਂ ਹੈਗੀ। ਲੈਟਰ ਜੋ ਪਤਾ ਲੱਗਿਆ ਪ੍ਰੈਸ ਦੇ ਥਰੂ ਸਾਨੂੰ ਵੀ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਕਿਸੇ ਅਣਜਾਣ ਵਿਅਕਤੀ ਵੱਲੋਂ ਸੁੱਟਿਆ ਗਿਆ ਸੀ, ਉਹ ਜਾਂਚ SSP ਬਠਿੰਡਾ ਕਰ ਰਹੇ ਨੇ ਜੀ, ਉਹੀ ਦੱਸ ਸਕਦੇ ਨੇ ਉਹਦੇ ਬਾਰੇ। ਉਹਦੇ ਵਿੱਚ ਸਾਡੇ ਸਹਾਇਕ ਸੁਬਨ ਜਸਵੀਰ ਸਿੰਘ ਦਾ ਨਾਂ ਲਿਆ ਗਿਆ ਪਰ ਉਹ ਅੱਜ ਡਿਊਟੀ 'ਤੇ ਨਹੀਂ ਆਏ ਅਤੇ ਇਸ ਸੰਬੰਧੀ ਮੁੱਖ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਜੋ ਵੀ ਜੇ ਉਹ ਦੋਸ਼ੀ ਪਾਇਆ ਜਾਂਦਾ ਇਨਕੁਆਇਰੀ ਵਿੱਚ SSP ਵੱਲੋਂ ਸਾਹਿਬ ਵੱਲੋਂ ਬਠਿੰਡਾ ਵੱਲੋਂ ਤਾਂ ਬਣਦੀ ਵਿਭਾਗੀ ਕਾਰਵਾਈ ਉਹਦੇ ਅਗੇਂਸਟ ਕੀਤੀ ਜਾਵੇਗੀ ਜੀ। ਧਮਕੀ ਪਰ ਜਿਹੜਾ ਖਤ ਸੀ ਨਾ, ਕੁਝ ਉਹਦੇ ਜੇਲ੍ਹ ਦੀ ਲਈ ਗਲਤ ਹੀ ਪ੍ਰਚਾਰ ਕੀਤਾ ਗਿਆ ਸੀ ਵੀ ਜੇਲ੍ਹ ਪ੍ਰਸ਼ਾਸਨ ਦਾ ਕੰਟਰੋਲ ਨਹੀਂ ਹੈ, ਕੈਦੀਆਂ ਦੁਆਰਾ ਕੋਈ ਜੇਲ੍ਹਾਂ ਸੁਰੰਗ ਪੱਟਣ ਦੀ ਆਦਿ ਸਾਜਿਸ਼ ਕੀਤੀ ਜਾ ਰਹੀ ਆ, ਜੋ ਕਿ ਬਿਲਕੁਲ ਗਲਤ ਹੈ। ਹਾਂ, ਇੱਕ ਸ਼ਾਇਦ ਕੁੱਕਰ ਬੰਬ ਦਾ ਵੀ ਵਿੱਚ ਉਹਦੇ ਜ਼ਿਕਰ ਕੀਤਾ ਸੀ ਪਰ ਇਹਦਾ ਕੋਈ ਤੱਥਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਜੀ ਕੋਈ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋਏਗੀ ਫੇਰ ਹੀ ਫੈਕਟ ਸਾਹਮਣੇ ਆਉਣਗੇ, ਜਾਂ ਉਹ ਬੰਦਾ ਜੇਲ੍ਹ 'ਤੇ ਹਾਜ਼ਰ ਹੋਏਗਾ ਤਾਂ ਪੁੱਛ ਕੇ ਫੇਰ ਹੀ ਮੈਂ ਦੱਸ ਸਕਦਾ ਜੀ। ਇਲਜ਼ਾਮ ਸਾਡੇ ਡਿਪਟੀ ਸੁਪਰਡੈਂਟ ਸਰਦਾਰ ਗੁਰਪ੍ਰੀਤ ਸਿੰਘ 'ਤੇ ਲੱਗੇ ਸੀ, ਉਹ ਬਿਲਕੁਲ ਗਲਤ ਨੇ, ਇਹਦੇ ਰਿਗਾਰਡਿੰਗ ਅਸੀਂ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਨੂੰ ਭੇਜ ਦਿੱਤੀ। ਉਹ ਅਸਿਸਟੈਂਟ ਸੁਪਰਡੈਂਟ ਆ ਜੀ ਜਸਵੀਰ ਸਿੰਘ। ਸਾਡੇ ਸੁਰੱਖਿਆ ਇੰਤਜ਼ਾਮ ਪੁਖਤਾ ਨੇ ਜੇਲ੍ਹ 'ਤੇ ਜੀ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ, ਅਸੀਂ ਪੂਰੇ ਚੁਕੰਨੇ ਹਾਂ ਜੀ ਚੁਸਤ। ਨਹੀਂ, ਮੇਰੇ ਵੱਲੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਖ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਗਿਆ।